ਜਿਵੇਂ ਲੋਕ ਸਭਾ ਦੀਆਂ ਚੋਣਾਂ ਲੱਗਿਆ ਆ ਰਹੀਆਂ ਉਦੋਂ ਉਦੋਂ ਹੀ ਲੋਕਾਂ ਦੇ ਜਿਹੜੇ ਦਿਲਾਂ ਦੇ ਵਿੱਚ ਗੁਬਾਰ ਸਨ ਉਹ ਨਿਕਲਦੇ ਪਏ ਆ ਕਿਉਂਕਿ ਇੱਕ ਮੋਹਰ ਲਗਾ ਕੇ ਆਪਣਾ ਕੈਂਡੀਡੇਟ ਚੁਣਨ ਦਾ ਹੱਕ ਜਿਹੜਾ ਹੈਗਾ ਉਹ ਜਨਤਾ ਨੂੰ ਹੁੰਦਾ ਵਾ ਤੇ ਉਹ 5 ਸਾਲਾਂ ਬਾਅਦ ਜਦੋਂ ਆਂਦਾ ਵਾ ਤੇ ਲੋਕ ਉਹ ਆਪਣਾ ਹੱਕ ਪੂਰਾ ਇਸਤੇਮਾਲ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਅਜਨਾਲਾ ਪਿੰਡ ਦੇ ਵਿੱਚ ਅਸੀਂ ਮੌਜੂਦ ਆਂ ਗੱਲਬਾਤ ਲੋਕਾਂ ਦੇ ਨਾਲ ਕਰਾਂਗੇ ਕਿ ਕੈਂਡੀਡੇਟ ਕਿਸ ਤਰ੍ਹਾਂ ਦਾ ਚਾਹੀਦਾ ਵਾ ਸਭ ਤੋਂ ਪਹਿਲੇ ਜਾਣਨਾ ਚਾਹਾਂਗੇ ਤੁਹਾਡੇ ਹਲਕੇ ਦਾ ਸੰਸਦ ਕੌਣ ਸਾਡੇ ਅਗਰੇ ਦਾ ਗੁਰਜੀਤ ਸਿੰਘ ਔਜਲਾ ਜੀ ਪਹਿਲੇ ਉਹ ਇੱਕ ਵਾਰੀ ਬਸ ਵੋਟ ਮੰਗਣ ਆਉਂਦੇ ਉਸ ਤੋਂ ਬਾਅਦ ਕੋਈ ਨਹੀਂ ਇੱਥੇ ਵੜਿਆ ਕਿਸੇ ਨੂੰ ਕਿਸੇ ਨੂੰ ਪੁੱਛਿਆ ਨਹੀਂਗਾ ਬਾਕੀ ਸਰਕਾਰ ਉੱਤੇ ਤਾਂ ਤੁਹਾਨੂੰ ਪਤਾ ਹੀ ਉੱਤੇ ਜਿੰਨੇ ਵਾਅਦੇ ਕੀਤੇ ਕੋਈ ਸਰਕਾਰ ਨੇ ਪੂਰਾ ਨਹੀਂ ਕੀਤਾ ਕਦੀ ਨੋਟਬੰਦੀ ਕਦੀ ਕੁਛ ਇਤਨਾ ਸਾਰੇ ਉਲਝਾ ਕੇ ਰੱਖੇ ਸਰ ਸ਼ੁਰੂ ਤੋਂ ਹੀ ਤੇ ਆ ਹੁਣ ਖਾਤੇ ਖਲਵਾਈ ਜਾਂਦੇ ਕਦੀ ਕੋਈ ਫਾਰਮ ਭਰਵਾ ਲੈਂਦੇ ਕੋਈ ਕੋਈ ਫਾਰਮ ਭਰਵਾਉਂਦਾ ਆਉਂਦਾ ਕਿਸੇ ਚੀਜ਼ ਨੂੰ ਕੁਝ ਵੀ ਉਹਨਾਂ ਕੋ ਕਦੀ ਮਕਾਨਾਂ ਦਾ ਭਰਾ ਲਿੰਦੇ ਕਦੀ ਬੇਟੀਆਂ ਦਾ ਭਰਾ ਲਿੰਦੇ ਕਿਸੇ ਖਾਤੇ ਚ ਕੁਝ ਨਹੀਂ ਹੋ ਰਿਹਾ ਹਾਲੀ ਤੇ ਕਿਸਾਨ ਤੇ ਵੈਸੇ ਬੜੇ ਪਰੇਸ਼ਾਨ ਇਹਨਾਂ ਨੂੰ ਵਾਦੇ ਕਰ ਲਿੰਦੇ ਮੁੜ ਕੇ ਇਹਨਾਂ ਨੂੰ ਪੁੱਛਦਾ ਕੋਈ ਨਹੀਂਗਾ ਬਸ ਇਲੈਕਸ਼ਨ ਵਾਸਤੇ ਕਰਦੇ ਵਾਦੇ 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 ਜਿਹੜੇ ਨੇ ਉਹ ਲਗਾਤਾਰ ਕੀਤੇ ਜਾਂਦੇ ਨੇ ਪਰ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਇਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਪਰੇਸ਼ਾਨੀ ਹੈ ਕਿਸਾਨੀ ਮੁੱਦੇ ਕੀ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਸੰਸਦ ਸਨ ਉਹਨਾਂ ਨੇ ਤੁਹਾਡੀਆਂ ਉਮੀਦਾਂ ਜਿਹੜੀਆਂ ਸੀ ਉਹਨਾਂ ਉਤੇ ਖਰੇ ਉਤਰੇ ਕਿ ਨਹੀਂ ਉਤਰੇ ਜਿਹੜੇ ਪਹਿਲੇ ਸਨ ਸਾਡੇ ਸੰਸਦ ਗੁਰਜੀਤ ਸਿੰਘ ਔਰਜਲਾ ਸੀ ਉਹ ਇੱਕ ਵਾਰ ਆਏ ਆ ਉਸ ਤੋਂ ਬਾਅਦ ਉਹ ਹਲਕੇ 'ਚ ਨਹੀਂ ਵੜੇ ਮੁੜ ਕੇ ਕਿਸਾਨਾਂ ਦੀਆਂ ਬਹੁਤ ਮੁਸ਼ਕਲਾਂ ਕਰਜ਼ੇ ਸਿਰ ਤੇ ਚੜੇ ਆ ਕਿਸਾਨ ਖੁਦ ਖੁਸ਼ੀਆਂ ਕਰਨ ਦਾ ਗਵਰਨਮੈਂਟ ਉਹਨਾਂ ਦੀ ਕੋਈ ਸੁਣ ਨਹੀਂ ਲਈ ਜਦੋਂ ਆਉਂਦੇ ਆ ਫਸਲਾਂ ਜਿਹੜੀਆਂ ਸਾਡੀਆਂ ਗੜੇ ਮਾਰੀ ਹੋ ਗਈ ਕਦੀ ਕੁਝ ਹੋ ਗਿਆ ਉਹਦਾ ਕੋਈ ਮੁਆਵਜ਼ਾ ਨਹੀਂ ਮਿਲਣਿਆ ਜਦੋਂ ਆਉਂਦੇ ਵਾਅਦੇ ਕਰਕੇ ਚਲੇ ਜਾਂਦੇ ਆ ਬਾਕੀ ਜਿਹੜੀ ਮੋਤੀ ਸਰਕਾਰ ਆ ਇਹ ਸਰਜੀਕਲ ਸਟ੍ਰਾਈਕ ਆ ਦੀ 에어 ਸਟ੍ਰਾਈਕ ਕਰਦੇ ਆ ਇਹਨਾਂ ਨੂੰ ਪਤਾ ਹੁਣ ਜੇ ਜਿਹੜੀਆਂ ਬਾਹਰ ਦੀਆਂ ਸਟੇਟਾਂ ਵਾਲੇ ਉਥੇ ਭੰਗੜੇ ਪਾਉਂਦੇ ਆ ਤੇ ਮਸ਼ਾਲਾਂ ਜਗਾਉਂਦੇ ਉਹਨਾਂ ਨੂੰ ਆ ਕੇ ਇੱਥੇ ਬਾਰਡਰ ਤੇ ਆ ਕੇ ਵੇਖਣਾ ਚਾਹੀਦਾ ਇੱਥੇ ਰਹਿਣਾ ਚਾਹੀਦਾ ਕੀ ਹਾਲ ਐ ਲੋਕਾਂ ਦੇ ਹਾਲਾਤ ਐ ਜਿਨ੍ਹਾਂ ਦੇ ਮਰ ਜਾਂਦੇ ਉਹਨਾਂ ਨੂੰ ਪਤਾ ਇਹ ਜਸ਼ਨ ਮਨਾਉਂਦੇ ਆ ਜਦੋਂ ਉਹ ਆਪਣੇ ਮਰ ਜਾਂਦੇ ਆ ਅੱਗੇ 40 ਆਦਮੀ ਪੁਲਨਾਮਾ ਚ ਮਰੇ ਆ ਇਹ ਸਭ ਲੋਕ ਜਸ਼ਨ ਮਨਾਉਂਦੇ ਉਹਨਾਂ ਦੇ ਘਰਾਂ ਚ ਜਾ ਕੇ ਦੇਖੋ ਕੀ ਹਾਲ ਉਹਨਾਂ ਦਾ ਬੱਚਿਆਂ ਦਾ ਬੇਟੀਆਂ ਦਾ ਉਹਨਾਂ ਦੇ ਬਹੂਆਂ ਦਾ ਹੋ ਰਿਹਾ ਕੋਈ ਨਹੀਂ ਇਹਨਾਂ ਨੂੰ ਪੁੱਛਣ ਡਿਆ ਦੋ ਦਿਨ ਸ਼ਹੀਦ ਸ਼ਹੀਦ ਕਹ ਕੇ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਸਭ ਲੋਕ ਉਹ ਗੇਤਰਾ ਹੀ ਰੋਂਦੇ ਫਿਰਦੇ ਧੱਕੇ ਖਾਂਦੇ ਫਿਰਦੇ ਆ ਇਹਨਾਂ ਦੇ ਮਗਰ ਦਫ਼ਤਰਾਂ ਦੇ ਵਿੱਚ ਕੋਈ ਨਹੀਂ ਪੁੱਛਦਾ ਉਹ ਹੀ ਦੋ ਤਿੰਨ ਸ਼ਹੀਦ ਕਹਿ ਕੇ ਇਹ ਆਪਣੀ ਜਾਨ ਛਡਾਉਂਦੇ ਬਸ ਜੇਕਰ ਦੇਖਿਆ ਜਾਵੇ ਤੇ ਵਿਕਾਸ ਦੇ ਜਿਹੜੇ ਮੁੱਦੇ ਨੇ ਉਹ ਸਭ ਤੋਂ ਵੱਡੇ ਮੁੱਦੇ ਹੁੰਦੇ ਨੇ ਤੇ ਵਿਕਾਸ ਨੂੰ ਲੈ ਕੇ ਤੁਹਾਡੇ ਪਿੰਡ ਦੇ ਵਿੱਚ ਕੀ ਹਾਲਾਤ ਨੇ ਕਿਸ ਤਰ੍ਹਾਂ ਦਾ ਵਿਕਾਸ ਜਿਹੜਾ ਹੋ ਜਾ ਸਾਡੇ ਪਿੰਡ 'ਚ ਕੋਈ ਵਿਕਾਸ ਨਹੀਂ ਜੀ ਕੋਈ ਗ੍ਰਾਂਟ ਨਹੀਂ ਕੋਈ ਵਿਕਾਸ ਨਹੀਂ ਕੋਈ ਸਰਕਾਰ ਸੁਣਦੀ ਨਹੀਂ ਜਿਵੇਂ ਸਾਡੇ ਐਮਪੀ ਆ ਔਇਲਾ ਸਾਹਿਬ ਜਾਂ ਹਰਪ੍ਰਤਾਪ ਐਮਐਲਏ ਸਾਹਿਬ ਨੇ ਕੋਈ ਵੀ ਆ ਸਾਡੇ ਅਮਰਸਰ ਰੋਡ ਦਾ ਤੁਸੀਂ ਵੇਖਿਆ ਹੋਣਾ ਜੀ ਬਹੁਤ ਮੰਦਾ ਹਾਲਿਆ ਕੋਈ ਵੀ ਸੁਣਾਈ ਨਹੀਂ ਜੀ ਸਾਡੇ ਆ ਪਿੰਡ ਛੱਪੜ ਆ ਪਾਣੀ ਦਾ ਵਿਕਾਸ ਨਹੀਂ ਆ ਕੋਈ ਗਲੀਆਂ ਦਾ ਵਿਕਾਸ ਨਹੀਂ ਆ ਕੋਈ ਨਹੀਂ ਆ ਜੀ ਕੋਈ ਸਰਕਾਰ ਪੈਸਾ ਦੇਗੀ ਸਾਨੂੰ ਤਾਂ ਅਸੀਂ ਇੱਥੇ ਪਿੰਡ ਦਾ ਵਿਕਾਸ ਕਰਾਂਗੇ ਕੋਈ ਪੈਸਾ ਨਹੀਂ ਆ ਰਿਹਾ ਬਸ ਆਉਂਦੇ ਆ ਜੀ ਦੇਣੇ ਆ ਜੀ ਇਹੋ ਕੁਛ ਹੀ ਹੋ ਰਿਹਾ ਜੀ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਕਿਸਾਨ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਕਿਉਂਕਿ ਪੜ੍ਹਾਈ ਜਿਹੜੀ ਹੈਗੀ ਆ ਸਭ ਤੋਂ ਵੱਡੀ এডਿਕੇਸ਼ਨ ਸਰਕਾਰ ਦਾਵਾ ਕਰਦੀ ਕਿ এডਿਕੇਸ਼ਨ ਪਿੰਡਾਂ ਦੇ ਵਿੱਚ ਪੂਰੀ ਹੋਣੀ ਚਾਹੀਦੀ ਹਰ ਬੱਚਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਕੀ ਲੱਗਦਾ ਐਜੂਕੇਸ਼ਨ ਦਾ ਕੀ ਮਾਹੌਲ ਆ ਇੱਥੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਕੋਈ ਸਕੂਲਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਵਾ ਕੀ ਕਹਿਣਾ ਚਾਹੋਗੇ ਸਕੂਲਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਇੱਥੇ ਸਕੂਲ ਵਧੀਆ ਵਾ ਮਾੜੇ ਆ ਕਿਸ ਤਰ੍ਹਾਂ ਦੇ ਸਕੂਲ ਨੇ ਸਕੂਲ ਤਾਂ ਹੈਗੇ ਪਰ ਉਹਨਾਂ ਵਿੱਚ ਮਾਸਟਰ ਚੰਗੇ ਹੋਣੇ ਚਾਹੀਦੇ ਆ ਪੜਾਉਣ ਵਾਲੇ ਉਹਨਾਂ ਨੂੰ ਸਿੱਖਿਆ ਦੇਣ ਵਾਲੇ ਚੰਗੇ ਬੰਦੇ ਹੋਣੇ ਚਾਹੀਦੇ ਆ ਉਹ ਪੜਾਉਣ ਤੇ ਫੇਰ ਹੀ ਬੱਚੇ ਅੱਗੇ ਸਿੱਖਿਆ ਮਿਲਣਗੇ ਅ ਅਸ ਕੋਈ ਇੱਧਰ ਜਾਊ ਕੋਈ ਇੱਧਰ ਚੋਰੀਆਂ ਕਰੂ ਕੋਈ ਇੱਧਰ ਕਰੂ ਫਿਰ ਅੱਗੇ ਕਿਤਰਾ ਜਾਣਗੇ ਜੇ ਪੜ੍ਹਾਈ ਨਹੀਂ ਤੇ ਅੱਗੇ ਨਹੀਂ ਜਾ ਸਕਦੇ ਪੜ੍ਹਾਈ ਹੋਣੀ ਬਹੁਤ ਜ਼ਰੂਰੀ ਆ ਪੜ੍ਹਾਈ ਵਾਸਤੇ ਕੁਝ ਕਰਨਾ ਚਾਹੀਦਾ ਗਵਰਨਮੈਂਟ ਨੂੰ ਸਾਡੇ ਵਾਸਤੇ ਸਰਕਾਰ ਨੇ ਵਾਅਦੇ ਕੀਤੇ ਸਨ ਦਾਅਵੇ ਹਮੇਸ਼ਾ ਹਰ ਹਰ ਵਾਰੀ ਆਉਣ ਤੋਂ ਪਹਿਲਾਂ ਇੱਕ ਵਾਰੀ ਦਾਅਵੇ ਕੀਤੇ ਜਾਂਦੇ ਨੇ ਕਿ ਆਪਾਂ ਇਹ ਵੱਡੇ ਵੱਡੇ ਕੰਮ ਕੀਤਾਗੇ ਕੋਈ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਵੱਡਾ ਕੰਮ ਹੋਇਆ ਜਿਹੜਾ ਵਾਕਿਆ ਹੀ ਸਰਾਣਜੋਗ ਹੋਵੇ ਸਾਡੇ ਪਿੰਡ 'ਚ ਤਾਂ ਕੋਈ ਐਡਾ ਵੱਡਾ ਕੰਮ ਹੋਇਆ ਨਹੀਂ ਕਿ ਜਿਹੜਾ ਸਲਾਹਨੇਯੋਗ ਹੋਵੇ ਇੱਥੇ ਅਜੇ ਸਾਡੇ ਪਿੰਡ ਦਾ ਛੱਪੜ ਹੈ ਉਹਦਾ ਵੀ ਪਾਣੀ ਅਜੇ ਤੱਕ ਵਿਕਾਸ ਨਹੀਂ ਹੋਇਆ ਵੀ ਕਿਤੇ ਪਾਣੀ ਪਿੰਡ ਦਾ ਬਾਹਰ ਜਾਵੇ ਲੋਕ ਬਹੁਤ ਦੁਖੀ ਹੈ ਇਹਦੇ ਬਾਰੇ ਅਜੇ ਵੀ ਹੂੰ ਹੂੰ ਕੰਦਿਆਂ 'ਚ ਪਾਣੀ ਨਾਲੀਆਂ 'ਚ ਪਾਣੀ ਖਲੋਤਾ ਕੰਦਾ ਪਾਟਣ ਤੇ ਆਈਆਂ ਨੇ ਤੇ ਫਿਰ ਪਾਣੀ ਕਿਸ ਬੰਨੇ ਨਿਕਲੇਗਾ ਫੇਰੀ ਕੋਈ ਕੰਮ ਹੋਵੇਗਾ ਫੇਰੀ ਵਿਕਾਸ ਹੋਵੇਗਾ ਤੇ ਫੇਰੀ ਕੁਝ ਨਾ ਕੁਝ ਫਾਇਦਾ ਹੋਵੇਗਾ ਸਾਨੂੰ ਤੇ ਸੋ ਔਰਤਾ ਵੀ ਸਾਡੇ ਨਾਲ ਮੌਜੂਦ ਨੇ ਇਹ ਗੱਲਬਾਤ ਕਰ ਲੈਣੀ ਕਿਉਂਕਿ ਰਸੋਈ ਦੇ ਵਿੱਚ ਔਰਤਾ ਨੇ ਹੀ ਕਰਨ ਨੂੰ ਦੇਖਣਾ ਹੁੰਦਾ ਵਾ ਪੂਰੇ ਘਰ ਦਾ ਕਿਸ ਤਰ੍ਹਾਂ ਦਾ ਲੱਗਦਾ ਵਾ ਜਿਹੜੇ ਸੰਸਦ ਨੇ ਕਿਸ ਤਰ੍ਹਾਂ ਦੇ ਚਾਹੀਦੇ ਨੇ ਜਿਹੜੇ ਪਹਿਲੇ ਸੰਸਦ ਸਨ ਉਹਨਾਂ ਦੇ ਨਾਲ ਤੁਸੀਂ ਖੁਸ਼ ਜੀ ਜਾਂ ਨਹੀਂ ਖੁਸ਼ ਤੇ ਜੇ ਨਵਾਂ ਚਾਹੁੰਦੇ ਜੇ ਕਿਸ ਤਰ੍ਹਾਂ ਦਾ ਚਾਹੁੰਦੇ ਜੇ ਅਸੀਂ ਸੰਸਦ ਇਹ ਮਤਲਬ ਚਾਹੁੰਦੇ ਆ ਕਿ ਵੇਖੋ ਕਿੰਨੀ ਮਹਿੰਗਾਈ ਹੋ ਚੁੱਕੀ ਆ ਔਰਤ ਵਾਸਤੇ ਬਹੁਤ ਮੁਸ਼ਕਲ ਆ ਘਰ ਦੀ ਰਸੋਈ ਨੂੰ ਸੰਭਲਣਾ ਹਰ ਪਾਸੇ ਮਹਿੰਗਾਈ ਆ ਜੇ ਰਸੋਈ ਗੈਸ ਆ ਉਹ ਵੀ 50 ਰੁਪਏ ਹਰ ਮਹੀਨੇ ਮਤਲਬ ਕਿ ਮਹਿੰਗਾ ਹੋ ਹੀ ਜਾਂਦਾ ਵਾ ਤੇ ਫਿਰ ਬੱਚਿਆਂ ਦੀ ਪੜ੍ਹਾਈ ਦੇ ਵੀ ਖਰਚੇ ਆ ਘਰ ਦੇ ਵੀ ਰਸੋਈ ਦੇ ਖਰਚੇ ਆ ਤੋ ਸੋ ਇੰਨੇ ਖਰਚੇ ਔਰਤ ਕਿਸ ਤਰ੍ਹਾਂ ਪੂਰੇ ਕਰ ਸਕਦੀ ਆ ਬਾਹਰੋਂ ਆਦਮੀਆਂ ਦੀ ਵੀ ਕੋਈ ਇੰਨੀ ਆਮਦਨ ਨਹੀਂ ਖੇਤੀਬਾੜੀ ਵਾਲਿਆਂ ਦੀ ਤੇ ਔਰਤਾਂ ਨੇ ਮਤਲਬ ਦੁੱਧ ਦੇ ਆ ਵੀ ਲੈਣਾ ਵਾ ਹੋਰ ਵੀ ਮਤਲਬ ਜੋ ਵੀ ਮੰਗਹਾਈ ਦੇ ਨਾਲ ਮਤਲਬ ਰਸੋਈ ਦਾ ਚਲਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਬੱਚੇ ਨੂੰ ਜਦੋਂ ਨਸ਼ਾ ਲੱਗ ਜਾਂਦਾ ਵਾ ਤੇ ਮਾਵਾਂ ਸਭ ਤੋਂ ਜ਼ਿਆਦਾ ਚਿੰਤਿਤ ਹੁੰਦੀਆਂ ਨੇ ਕਿ ਨਸ਼ੇ ਦਾ ਇੱਥੇ ਕੋਈ ਇਸ ਤਰ੍ਹਾਂ ਦਾ ਹੈਗਾ ਕਿ ਨਸ਼ਾ ਵੀ ਹੁੰਦਾ ਹੋਵੇ ਤੇ ਤੁਸੀਂ ਰੋਕਣ ਦੀ ਕੋਸ਼ਿਸ਼ ਕਰਦੇ ਹੋ ਪਰ ਨਹੀਂ ਰੁਕਦਾ ਹੁੰਦਾ ਕਿਉਂਕਿ ਹਮੇਸ਼ਾ ਜਿਹੜੇ ਸੰਸਦ ਹੁੰਦੇ ਨੇ ਉਹਨਾਂ ਦੇ ਨਾਲ ਹੀ ਸਾਰਾ ਕੰਮ ਜੋ ਪਿੰਡ ਚੱਲਦਾ ਵਾ ਕਿ ਨਸ਼ੇ ਦਾ ਕੀ ਮੋਲ ਹੈ ਨਸ਼ੇ ਤੇ ਚੱਲਦਾ ਪਿਆ ਅਸਲੇ ਨਸ਼ਾ ਚੱਲਦਾ ਜੀ ਬਹੁਤ ਨਸ਼ਾ ਚੱਲਣ ਡਿਆ ਜੀ ਅੱਛਾ ਇਸ ਵਾਰੀ ਸਿੱਧਾ ਮਾਜੋ ਜ਼ਰੂਰ ਜੀ ਬੋਲ ਕੇ ਬਰਬਾਦ ਹੋ ਰਹੀ ਹੈ ਆਟਾ ਦਾਲ ਸਕੀਮ ਜਿਹੜੀ ਆ ਉਹ ਇਸ ਵੇਲੇ ਜਾਰੀ ਆ ਚੱਲਦੀ ਵੀ ਆਟਾ ਦਾਲ ਤੁਹਾਨੂੰ ਇਸ ਵੇਲੇ ਮਿਲਦਾ ਪਿਆ ਆ ਆਟਾ ਦਾਲ ਕਣਕ ਮਿਲਦੀ ਪਈ 6 ਮਹੀਨੇ ਬਾਅਦ ਉਦੋਂ ਤੱਕ ਤੇ ਉਹਨਾਂ ਦਾ ਫੇਰ ਸਾਰਾ ਕੁਝ ਖਤਮ ਹੋ ਜਾਂਦਾ ਹੂੰ ਹੂੰ ਤੇ ਗਰੀਬਾਂ ਵਾਸਤੇ ਤੇ ਬਹੁਤ ਮੁਸ਼ਕਿਲ ਆ ਤੇ ਗਰੀਬਾਂ ਨੂੰ 2 ਮਹੀਨੇ ਬਾਅਦ ਉਹਨਾਂ ਨੂੰ ਮਿਲਣੀ ਚਾਹੀਦੀ ਕਣਕ ਤੇ ਬਾਕੀ ਲੜਕੀਆਂ ਵਾਸਤੇ ਸੇਫਟੀ ਚਾਹੀਦੀ ਆ ਲੜਕੀਆਂ ਮਤਲਬ ਅਜੇ ਵੀ ਸਕੂਲ ਕਾਲਜ ਜਾਂਦੀਆਂ ਉਹਨਾਂ ਵਾਸਤੇ ਠੀਕ ਨਹੀਂ ਹੈਗਾ ਤੇ ਉਹਨਾਂ ਵਾਸਤੇ ਬਿਲਕੁਲ ਸੇਫਟੀ ਚਾਹੀਦੀ ਆ ਤੇ ਲੜਕੀਆਂ ਨੂੰ ਪੜਾਉਣਾ ਚਾਹੀਦਾ ਚੰਗੇ ਸਕੂਲ ਦੇ ਪਰ ਉਹ ਪੜਾ ਨਹੀਂ ਸਕਦੇ ਮਹਗਾਈ ਬਹੁਤ ਆ ਪ੍ਰਾਈਵੇਟ ਸਕੂਲਾਂ ਦੀ ਫੀਸ ਬਹੁਤ ਜ਼ਿਆਦਾ ਤੇ ਉਹ ਪੜ੍ਹਨ ਨਹੀਂ ਬੈਠਦੇ ਬੱਚੇ ਤੇ ਉਹ ਸਾਨੂੰ ਵੀ ਪਤਾ ਇਸ ਗੱਲ ਦਾ ਕਿ ਫੀਸਾਂ ਬਹੁਤ ਮਹਿੰਗੀਆਂ ਤੇ ਉਹ ਨਹੀਂ ਕੁਝ ਨਹੀਂ ਕਰ ਸਕਦੇ ਤੇ ਆਪਣੇ ਫਿਰ ਉਹਨਾਂ ਨੇ ਮਾੜੇ ਸਕੂਲਾਂ 'ਚ ਬੱਚੇ ਪੜਾਉਂਦੇ ਉਹ ਗਾਂਹ ਤਰੱਕੀ ਨਹੀਂ ਕਰ ਸਕਦੇ ਕਿ ਜਿਹੜੀਆਂ ਉਮੀਦਾਂ ਅਸੀਂ ਲਗਾਈਆਂ ਸੀ ਆਪਣੇ ਸੰਸਦ ਕੋ ਜਿਹੜੀਆਂ ਉਮੀਦਾਂ ਆਪਣੇ ਐਮਪੀ ਕੋ ਆਪਾਂ ਸੇ ਲਗਾ ਕੇ ਬੈਠੇ ਸੀ ਕਿ ਉਹ ਉਮੀਦਾਂ ਉੱਤੇ ਖਰੇ ਉਤਰੇ ਸੰ ਕਿ ਨਹੀਂ ਉਤਰੇ ਨਹੀਂ ਕੋਈ ਖਰੇ ਨਹੀਂ ਉਤਰੇ ਹਾਂ ਮੈਂ ਤੇ ਇਹੋ ਲੜਕੀਆਂ ਨੂੰ ਬਹੁਤੀ ਜ਼ਿਆਦਾ ਪਹਿਲ ਦੇਣੀ ਆ ਕਿ ਲੜਕੀਆਂ ਨੂੰ ਪੜਾਉਣਾ ਚਾਹੀਦਾ ਤੇ ਲੜਕੀਆਂ ਦੀ ਇੱਜ਼ਤ ਵੀ ਪੂਰੀ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਇਹ ਲੜਕੀ ਬਚਾਓ ਇਹ ਬਹੁਤ ਜ਼ਰੂਰੀ ਆ ਸੋ ਗੱਲਬਾਤ ਕੀਤੀ ਔਰਤਾਂ ਦੇ ਨਾਲ ਵੀ ਯੁਵਾ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਸਭ ਤੋਂ ਵੱਡਾ ਰੋਲ ਹੁੰਦਾ ਯੁਵਾ ਦਾ ਤੇ ਯੁਵਾ ਹੀ ਜੇ ਨਾਰਾਜ਼ ਹੋ ਜਾਣ ਸੰਸਦ ਕੋ ਤੇ ਬਹੁਤ ਵੱਡੀ ਕਮੀ ਹੁੰਦੀ ਹੈ ਕਿਉਂਕਿ ਸਰਕਾਰਾਂ ਦਾਅਵੇ ਕਰਦੀਆਂ ਨੇ ਪਰ ਯੁਵਾ ਜਿਹੜੀ ਕਿ ਪਹਿਲੀ ਵਾਰੀ ਵੋਟ ਪਾਉਣ ਵਾਸਤੇ ਇੱਥੇ ਸਾਡੇ ਨਾਲ ਮੌਜੂਦ ਨੇ ਕੀ ਨਾਮ ਕੀ ਤੁਹਾਡਾ ਅਮਨਬੀਰ ਸਿੰਘ ਪਹਿਲੀ ਵਾਰੀ ਵੋਟ ਪਾਣੀ ਹਾਂਜੀ ਕਿਸ ਤਰ੍ਹਾਂ ਦਾ ਸੰਸਦ ਚਾਹੁੰਦੇ ਜੇ ਕਿਉਂਕਿ ਪਹਿਲੀ ਵਾਰੀ ਤੁਸੀਂ ਵੋਟ ਦਾ ਆਪਣਾ ਇਸਤੇਮਾਲ ਕਰਨਾ ਵਾ ਕੀ ਚਾਹੁੰਦੇ ਜੀ ਕਿਉਂਕਿ ਪਿੰਡ ਦੀਆਂ ਮੁਸ਼ਕਲਾਂ ਪਹਿਲਾਂ ਹੀ ਬਹੁਤ ਜ਼ਿਆਦਾ ਨੇ ਕੀ ਚਾਹੁੰਦੇ ਜੀ ਅਸੀਂ ਤੇ ਬਸ ਇਹੋ ਇਹੋ ਜਿਹਾ ਕੈਂਡੀਡੇਟ ਕੈਂਡੀਡੇਟ ਚਾਹੁੰਦੇ ਆ ਵੀ ਜਿਹੜਾ ਸਾਡੀਆਂ ਮੰਗਾਂ ਸੁਣੇ ਤੇ ਪੂਰੀਆਂ ਵੀ ਕਰੇ ਜਿਵੇਂ ਕਿਾਨੂੰ ਅਬਰੋਡ ਨਾ ਜਾਣਾ ਪਵੇ ਰੁਜ਼ਗਾਰ ਸਾਨੂੰ ਇੱਧਰ ਹੀ ਮਿਲ ਜਾਵੇ ਵਧੀਆ ਪੜਾਈ ਕਰਨ ਤੋਂ ਬਾਅਦ ਤੇ ਇੱਧਰ ਵਧੀਆ ਕੋਈ ਕੰਮ ਮਿਲ ਜੂਗਾ ਤੇ ਫਿਰ ਬਾਹਰ ਨਹੀਂ ਨਾ ਜਾਣਾ ਪੈਂਦਾ ਬਾਹਰ ਨਾ ਅਬਰੋਡ ਨਾ ਜਾਣਾ ਪਵੇ ਤੇ ਇੱਧਰ ਵਧੀਆ ਕੰਮ ਮਿਲ ਜੇ ਤੇ ਅੱਜ ਕੱਲ੍ਹ ਕਈ ਤੁਹਾਨੂੰ ਪਤਾ ਬੱਚੇ ਇੰਨਾ ਪੜੇ ਹੁੰਦੇ ਹਾਈਅਰ ਸਟੱਡੀ ਕੀਤੀ ਹੁੰਦੀ ਆ ਤਮੀ ਉਹਨਾਂシャ ਦੇ ਲੱਗਦੇ ਕਾ ਤੋਂ ਲੱਗਦੇ ਆ ਫਿਰ ਰੋਜ਼ਗਾਰ ਨੇਗਾ ਬੇਰੋਜ਼ਗਾਰੀ ਕਰਕੇ ਅਸੀਂ ਤੇ ਇਹੋ ਜਿਹੇ ਕੈਂਡੀਡੇਟ ਚਾਹੁੰਦੇ ਆ ਵੀ ਜਿਹੜਾ ਰੋਜ਼ਗਾਰ ਦੇਵੇ ਤੇ ਬੇਰੋਜ਼ਗਾਰੀ ਨੂੰ ਜੜੋਂ ਪੁੱਟ ਕੇ ਖਤੋਂ ਕਰ ਦੇ ਕੀ ਪਹਿਲੀ ਵਾਰੀ ਵੋਟ ਦਾ ਇਸਤੇਮਾਲ ਤੁਸੀਂ ਕਰਨ ਜਾ ਰਹੇ ਜੀ ਕਿਸ ਤਰ੍ਹਾਂ ਦਾ ਹਾਂਸਾਂਸ ਚਾਹੁੰਦੇ ਜੀ ਹਾਂਜੀ ਅੱਗੇ ਵੀ ਮੈਂ ਦੱਸਿਆ ਵੀ ਬਸ ਜੋ ਵੀ ਜਿਹੜਾ ਵੀ ਵਾਦੇ ਪੂਰੇ ਕਰੇ ਜਿਹੜੇ ਵਾਦੇ ਕਰ ਲੈਂਦੇ ਬਾਈ ਅੱਧੇ ਜੇ ਇੱਕ ਅਦਾ ਕਰਦੇ ਕਈ ਕਰਦੇ ਵੀ ਆ ਪਰ ਕਰੇ ਚੰਗੀ ਦਿਰਾਪੁਰੇ ਬਸ ਇਹ ਹੋ ਗਿਆ ਪੜ੍ਹਾਈ ਦਾ ਕੀ ਮਾਹੌਲ ਹੈ ਤੁਹਾਡੇ ਸਕੂਲ ਦੇ ਵਿੱਚ ਪੜ੍ਹਾਈ ਕਿਸ ਤਰ੍ਹਾਂ ਦੀ ਚੱਲਦੀ ਪਈ ਆ ਗੱਲਬਾਤ ਇਸ ਲੜਕੇ ਦੇ ਨਾਲ ਕਰ ਰਹੇ ਕਿ ਪੜ੍ਹਾਈ ਜੜੀ ਆ ਉਹ ਕਿਸ ਤਰ੍ਹਾਂ ਦੀ ਚੱਲਦੀ ਪਈ ਤੁਹਾਡੇ ਸਕੂਲਾਂ ਦੇ ਵਿੱਚ ਕੀ ਜੋ ਤੁਸੀਂ ਚਾਹੁੰਦੇ ਜੇ ਉਹ ਸਕੂਲਾਂ ਵਿੱਚ ਮਿਲ ਰਿਹਾ ਪੜ੍ਹਾਈ ਇਦਾਂ ਜੇ ਵੀ ਜੇ ਮੈਂ ਵੀ ਫੇਲ ਹੋ ਜਾਂਦਾ ਬੱਚਾ ਉਹਨੂੰ ਪਾਸ ਨਹੀਂ ਕਰਨਾ ਚਾਹੁੰਦਾ ਉਹਨੂੰ ਫਿਰ ਉਹ ਕਲਾਸ ਕਰਾਉਣੀ ਚਾਹੀਦੀ ਹੈ ਇਦਾਂ ਸਾਰੇ ਸਕੂਲਾਂ ਵਿੱਚ ਇਹਨੂੰ ਅੱਗੇ ਕਰ ਦਿੰਦੇ ਨੇ ਨੈਕਸਟ ਤੇ ਫਿਰ ਅੱਗੇ ਜਾ ਕੇ ਨਗਲਾ ਵਜਦੀਆਂ ਬੱਚੇ ਫਿਰ ਨਾ ਬੱਚਾ ਪੜਦਾ ਵੀ ਚਲ ਨਗਲ ਵਾਜ ਕੇ ਪਾਸ ਹੋ ਜਾਣੇ ਆ ਨਗਲ ਦਾ ਵੀ ਥੋੜੀ ਜੀ ਰੋਗ ਲਾਉਣੀ ਚਾਹੀਦੀ ਸੋ तमाम तरह ਦੀਆਂ ਗੱਲਾਂ ਲੋਕਾਂ ਦੇ ਨਾਲ ਕੀਤੀਆਂ ਵਾਂ ਔਰਤਾ ਦੇ ਨਾਲ ਕੀਤੀਆਂ ਵਾਂ ਜਿਹੜੇ ਇੱਥੇ ਦੇ ਪਿੰਡ ਦੇ ਕਿਸਾਨ ਨੇ ਉਹਨਾਂ ਨਾਲ ਕੀਤੀਆਂ ਯੁਵਾ ਪੀੜ੍ਹੀ ਦੇ ਨਾਲ ਗੱਲਬਾਤ ਕੀਤੀ ਆਖਿਰ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਹੱਲ ਨਹੀਂ ਹੋਏ ਜਿਹੜੇ ਸੰਸਦ ਸ ਪਹਿਲੇ ਸਨ ਉਹਨਾਂ ਵੱਲੋਂ ਕੁਝ ਜ਼ਿਆਦਾ ਵੱਡੀਆਂ ਉਮੀਦਾਂ ਉਤੇ ਖਰੇ ਨਹੀਂ ਹੋਏ ਇਹਨਾਂ ਦੇ ਨਾਲ ਉਤਰੇ ਤੇ ਲੋਕਾਂ ਦਾ ਕਹਿਣਾ ਵਾ ਕਿ ਜਿਹੜੇ ਸਰਕਾਰ ਵਾਅਦੇ ਕਰਦੇ ਉਹ ਵਾਅਦੇ ਪੂਰੇ ਕਰੇ ਚਾਹੇ ਵਾਅਦੇ ਥੋੜੇ ਹੀ ਕਰ ਲੈ ਪਰ ਪੂਰੇ ਜਰੂਰ ਹੋਣੇ ਚਾਹੀਦੇ ਆ ਕੈਮਰਾ ਅਜਨਾਲਾ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ